ਸਟਾਰਟ। ਲੇਕਿਨ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਇਹ ਜਿਹੜੇ ਲੀਡਰ ਸਨ ਬੈਠੇ ਰਹੇ ਅਤੇ ਕਦੇ ਕਹਿੰਦੇ ਕਿ ਇੱਥੇ UNO ਆਵੇ ਅਤੇ ਕਦੇ ਕਹਿੰਦੇ ਕੋਈ ਆਵੇ ਅਤੇ ਕਦੇ ਕਹਿੰਦੇ ਕੋਈ ਡੰਡੀ। ਲੇਕਿਨ ਲੋਕਾਂ ਨੇ ਇਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਇਹਨਾਂ ਨੇ ਉਹਨਾਂ ਨੂੰ ਉਕਸਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ, ਲੇਕਿਨ ਲੋਕਾਂ ਨੇ ਇਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਕਿ ਇਹਨਾਂ ਦੀ ਉਕਸਾਹਟ ਵਿੱਚ ਆਏ ਡੰਡੀ। ਲੋਕਾਂ ਨੇ ਬੇਫਿਕਰੇ ਹੋ ਕੇ ਇਹਨਾਂ ਨੂੰ ਜਵਾਬ ਦਿੱਤਾ ਡੰਡਿੰਗ। ਸਪੀਕਰ ਸਾਹਿਬ ਇਲੈਕਸ਼ਨ ਹੋ ਗਏ ਡੰਡਿੰਗ। ਸਪੀਕਰ ਸਾਹਿਬ ਇਹਨਾਂ ਇਲੈਕਸ਼ਨਾਂ ਦੌਰਾਨ ਤਿੰਨ ਗੱਲਾਂ ਉੱਭਰ ਕੇ ਆਈਆਂ। ਇੱਕ ਤਾਂ ਇਹ ਕਿ ਲੋਕਾਂ ਨੇ ਟੈਰਰਿਸਟਾਂ ਨੂੰ ਮੂੰਹ ਨਹੀਂ ਲਗਾਇਆ ਡੰਡਿੰਗ। ਲੋਕਾਂ ਨੇ ਜਿੱਥੇ ਜਿੱਥੇ ਵੀ ਟੈਰਰਿਸਟਾਂ ਦੇ ਰਿਸ਼ਤੇਦਾਰ ਸੀ ਉੱਥੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰ ਦਿੱਤੇ, ਮੱਥਾ ਟੇਕ ਦਿੱਤਾ ਅਤੇ ਕਿਹਾ ਕਿ ਤੁਸੀਂ ਜਾਓ ਡੰਡਿੰਗ। ਲੋਕਾਂ ਨੇ ਬਹਾਦਰੀ ਨਾਲ ਜਵਾਬ ਦਿੱਤਾ ਅਤੇ ਜਿੱਥੇ ਕੋਈ ਤਕੜਾ ਆਦਮੀ ਵੀ ਸੀ ਅਤੇ ਉਸਨੇ ਪੁੱਛਿਆ ਕਿ ਮੈਨੂੰ ਆਪਣਾ ਸਰਪੰਚ ਚੁਣ ਲਵੋਗੇ, ਤਾਂ ਲੋਕਾਂ ਨੇ ਕਿਹਾ ਕਿ ਅਸੀਂ ਸੋਚਾਂਗੇ ਡੰਡਿੰਗ। ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਤਾਂ ਮੇਰੇ ਲੜਕੇ ਨੂੰ ਸਰਪੰਚ ਚੁਣ ਲਵੋ, ਤਾਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਸੋਚਾਂਗੇ ਡੰਡਿੰਗ। ਸਪੀਕਰ ਸਾਹਿਬ, ਉਹਨਾਂ ਲੋਕਾਂ ਨੂੰ ਪਤਾ ਸੀ ਕਿ ਸਾਡੇ ਪਿੱਛੋਂ ਕਾਂਗਰਸ ਪਾਰਟੀ ਖੜ੍ਹੀ ਹੈ ਅਤੇ ਸਾਡੀ ਸਰਕਾਰ ਖੜ੍ਹੀ ਹੈ ਡੰਡਿੰਗ। ਦੂਜੀ ਗੱਲ ਜਿਹੜੀ ਵੇਖਣ ਵਿੱਚ ਆਈ ਹੈ ਉਹ ਹੈ ਨੌਜਵਾਨ ਵਰਗ ਬਾਰੇ ਡੰਡਿੰਗ। ਮੈਂ ਸਮਝਦਾ ਹਾਂ ਕਿ 45-50% ਨੌਜਵਾਨ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸਰਪੰਚ ਪੰਚ ਚੁਣੇ ਗਏ ਹਨ। ਅਤੇ ਤੀਸਰੀ ਗੱਲ ਜਿਹੜੀ ਮੇਰੇ ਨੋਟਿਸ ਵਿੱਚ ਆਈ ਹੈ ਉਹ ਇਹ ਹੈ ਕਿ ਇਸ ਵਾਰ ਕਰਪਟ ਸਰਪੰਚਾਂ ਨੂੰ ਲੋਕਾਂ ਨੇ ਨਹੀਂ ਬੁਲਾਇਆ ਡੰਡਿੰਗ। ਚੌਥੀ ਗੱਲ ਇਹ ਹੈ ਕਿ ਪਿੰਡਾਂ ਵਿੱਚ ਜਿਹੜੇ ਬੰਦੇ ਚੋਣਾਂ ਜਿੱਤ ਕੇ ਆਏ ਹਨ, ਪਿੰਡਾਂ ਵਿੱਚ ਪਹਿਲਾਂ ਜਿਹੜੀ ਪੰਚਾਇਤ ਸੀ ਅਤੇ ਜਿਹੜੇ ਉੱਥੋਂ ਦੇ ਪਹਿਲਾਂ ਚੌਧਰੀ ਹੁੰਦੇ ਸਨ ਅਤੇ ਲਾਠੀ ਲੈ ਕੇ ਉਹ ਕਹਿੰਦੇ ਸਨ ਕਿ ਵੋਟਾਂ ਸਾਨੂੰ ਪਾਓ ਅਤੇ ਉਹ ਉਹਨਾਂ ਤੋਂ ਆਪਣਾ ਹੱਕ ਸਮਝਦੇ ਸੀ ਡੰਡਿੰਗ। ਇਸ ਵੇਰ ਇਹ ਗੱਲ ਨਹੀਂ ਹੋਈ ਅਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੇ ਅਤੇ ਛੋਟੀਆਂ ਜਾਤੀਆਂ ਦੇ ਲੋਕਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਆਪਣੀ ਇੱਛਾ ਅਨੁਸਾਰ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਪਿੱਛੇ ਕਾਂਗਰਸ ਪਾਰਟੀ ਖੜ੍ਹੀ ਹੈ, ਸਾਡੀ ਸਰਕਾਰ ਖੜ੍ਹੀ ਹੈ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਅਤੇ ਲੜਕੇ ਪੰਚਾਂ ਸਰਪੰਚਾਂ ਲਈ ਖੜ੍ਹੇ ਹੋਏ ਅਤੇ ਉਹਨਾਂ ਨੂੰ ਵੋਟਾਂ ਪਈਆਂ ਅਤੇ ਉਹਨਾਂ ਨੇ ਕਈ ਥਾਵਾਂ 'ਤੇ ਜਨਰਲ ਸੀਟਾਂ ਵੀ ਜਿੱਤੀਆਂ, ਚਾਹੇ ਉਹ ਈਸਾਈ ਸਨ, ਝਿਊਰ ਸਨ ਜਾਂ ਹੋਰ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਸਨ। ਲੇਕਿਨ ਉਹ ਗਰੀਬ ਵਰਗ ਉੱਭਰ ਕੇ ਆਇਆ ਡੰਡਿੰਗ। ਅੱਜ ਮੈਂ ਸਮਝਦਾ ਹਾਂ ਕਿ ਪਿੰਡਾਂ ਵਿੱਚ ਇੱਕ ਨਵੀਂ ਸੋਚ ਹੈ, ਇੱਕ ਨਵਾਂ ਸਰਮਾਇਆ ਹੈ ਡੰਡੀ।